ਦੀਆਂ ਗੱਲਾਂ ਕਰਦੇ ਕੀ ਦੱਸੀਏ ਜ਼ਿੰਦਗੀ ਚ ਕੀ ਘਾਟੇ ਖਾਧੇ ਆ ਕੀ ਸੱਟਾਂ ਖਾਧੀਆਂ ਇੱਕ ਵਾਰੀ ਮਰਿੰਡੇ ਠਾਣੇ ਵਾਲਿਆਂ ਨੇ ਚੱਕ ਲਿਆ ਤਾਂ ਉਹਨਾਂ ਨੇ ਪੁੱਠਾ ਲਟਕਾ ਲਿਆ ਆ ਬਾਹਾਂ ਪਿੱਛੇ ਨੂੰ ਬੰਨ ਕੇ ਇੱਥੋਂ ਮੋਰ ਮੇਰਾ ਹਿੱਲਿਆ ਮੈਂ ਖੱਬੇ ਪਾਸੇ ਨੂੰ ਸੌ ਨਹੀਂ ਸਕਦਾ ਅਜੇ ਵੀ ਉਹਦੀ ਪੋਜੀਸ਼ਨ ਤਾਂ ਜਦੋਂ ਪਾਣੀ ਪਾ ਕੇ ਮੂੰਹ ਚ ਘੁੱਟਦਿਆ ਤਾਂ ਮੈਂ ਮੁਨਸ਼ੀ ਨੂੰ ਕਿਹਾ ਮੈਂ ਕਿਹਾ ਯਾਰ ਕੁੱਟ ਜਿੰਨਾ ਮਰਜ਼ੀ ਲਓ ਮੂੰਹ ਚ ਪਾਣੀ ਨਾ ਪਾਇਓ ਕਹਿੰਦਾ ਕਿਉਂ ਮੈਂ ਕਿਹਾ ਗਾਣ ਨਾ ਖਰਾਬ ਹੋ ਜੇ ਗਾਉਣ ਦਾ ਬਹੁਤ ਸ਼ੌਕ ਹੈ ਕਹਿੰਦਾ ਕੀ ਹੋ ਜੂ ਜੇ ਨਹੀਂ ਗਾਏਗਾ ਮੈਂ ਕਿਹਾ ਬਹੁਤ ਚੀਜ਼ਾਂ ਅਧੂਰੀਆਂ ਰਹਿ ਜਾਣਗੀਆਂ ਬੜਾ ਦਰਦ ਅਧੂਰਾ ਰਹਿ ਜੂਗਾ ਜੇ ਮੈਂ ਨਾ ਲਿਖ ਕੇ ਗਾਇਆ ਕਿਉਂਕਿ ਪਿਛਲੇ 50 ਸਾਲ ਦੇ ਗੀਤ ਚੱਕ ਕੇ ਦੇਖ ਲਓ ਕਿਸੇ ਨੇ ਜੱਟਾਂ ਲਈ ਕਿਸਾਨਾਂ ਲਈ ਇੰਨਾ ਗਾਇਆ ਹੈ ਤਾਂ ਮੈਂ ਸੁਨਿਆਸ ਲੈ ਲੂੰਗਾ ਕਿਸੇ ਨੇ ਧਰਮ ਲਈ ਇੰਨਾ ਗਾਇਆ ਹੈ ਤਾਂ ਮੈਂ ਛੱਡ ਦੂੰ ਤੇ ਜਦੋਂ ਝੋਟੀ ਤੇ ਸਰਕਾਰ ਆ ਤਾਂ ਉਦੋਂ ਵੀ ਮੈਂ ਗਾਇਆ ਜਿਹੜਾ ਧਰਮ ਲਈ ਮਰਦਾ ਹੈ ਉਹਨੂੰ ਕਿੱਥੇ ਯਾਦ ਕੋਈ ਕਰਦਾ ਜਿਹੜਾ ਪਾਵਰ ਵਿੱਚ ਹੁੰਦਾ ਉਹਦਾ ਹਰ ਕੋਈ ਸਾਡੀ ਹਾਲਤ ਇੱਦਾਂ ਦੀ ਜਿੱਦਾਂ ਸੜਕ ਦੇ ਤੱਥੇ ਤੰਗੇ ਜਿਹੜੇ ਕੌਮ ਦੇ ਹੀਰੇ ਸੀ ਤੇ ਬੱਬੂ ਨੇ ਇਹ ਵੀ ਗਾਇਆ ਗਿਆਨੀ ਜੀ ਕਿ ਸੁਰਗਾ ਪੱਟ ਕੇ ਲੰਘ ਕੇ ਅਗਲੇ ਕਾਹਨੂੰ ਡੱਕਦੀਆਂ ਜੇਲ੍ਹਾਂ ਇਹ ਫੇਸਬੁੱਕ ਤੇ ਜ਼ਰੂਰਤ ਨਹੀਂ ਹੁੰਦੀ ਇਹ ਡਰਾਮੇ ਹੁੰਦੇ ਆ ਫੇਸਬੁੱਕ ਤੇ ਜਿਹਨੇ ਤੀਰ ਨਿਸ਼ਾਨੇ ਤੇ ਲਾਉਣਾ ਅੱਖ ਮੀਚ ਕੇ ਲਾ ਜਾਂਦਾ ਸਵੰਬਰ ਚ ਬਹੁਤ ਲੋਕ ਬੈਠੇ ਹੁੰਦੇ ਆ ਪੋਜੀਸ਼ਨ ਬਣੀ ਤੇ ਮੱਛੀ ਦੇ ਤੀਰ ਚ ਫਿਰ ਮਿਲਦਾ ਹੀ ਅੱਖ ਮਾਰਦਾ ਵਾਹ ਵਾਹ ਵਾਹ।